ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਕਾਰਨ ਹਿਲਾ ਕੇ ਰੱਖਤਾ ਪੰਜਾਬ ਕੈਂਚੀਆ ਮਾਰ ਕੇ ਮਾਰਤਾ ਗੱਭਰੂ ਜਵਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਮਾਦਾ ਪਿਤਾ ਆਪਣੇ ਬੱਚਾ ਨੂੰ ਪੜਾਉਂਦੇ ਹਨ ਤਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹ ਤਰੱਕੀ ਕਰ ਸਕਣ ਮਾਤਾ ਪਿਤਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਬੱਚਿਆਂ ਦੇ ਖਰਚੇ ਪੂਰੇ ਕਰਦੇ ਨੇ ਪਰ ਬੱਚੇ ਵਿਦਿਆਰਥੀ ਜੀਵਨ ਵਿੱਚ ਕਈ ਅਜਿਹੇ ਕੰਮ ਪੈ ਜਾਂਦੇ ਨੇ ਜਿਨ੍ਹਾਂ ਦੀਆਂ ਮਾਪਿਆਂ ਨੂੰ ਉਮੀਦ ਨਹੀਂ ਹੁੰਦੀ। ਸ਼ਾਹੀ ਸ਼ਹਿਰ ਪਟਿਆਲਾ ਵਿਖੇ ਕੁਝ ਵਿਦਿਆਰਥੀਆਂ ਨੇ ਮਿਲ ਕੇ ਆਪਣੇ ਇੱਕ ਵਿਦਿਆਰਥੀ ਸਾਥੀ ਦੀ ਜਾਨ ਲੈ ਲਈ ਅਤੇ ਇੱਕ ਵਿਦਿਆਰਥੀ ਦੇ ਸੱਟਾ ਲੱਗ ਗਿਆ ਉਸ ਨੂੰ ਰਜਿੰਦਰਾ ਹਸਪਤਾਲ ਚ ਭੇਜਤੀ ਕਰਵਾਇਆ ਗਿਆ ਹੈ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ ਮ੍ਰਿਤਕ ਦੇਨ ਨੂੰ ਪੋਸਟਮਾਰਟਮ ਦੇ ਲਈ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਉਹ ਦੋ ਦੋਸਤ ਆਪਣੇ ਇੱਕ ਤੀਸਰੇ ਦੋਸਤ ਨੂੰ ਛੱਡਣ ਲਈ ਗਏ ਸਨ ਪੁਰਾਣੀ ਆਪ ਸਖੁੰਦਾ ਕਾਰਨ ਕੁਝ ਵਿਦਿਆਰਥੀ ਸਾਥੀਆਂ ਨੇ ਉਹਨਾਂ ਨੂੰ ਘੇਰ ਲਿਆ ਇਹ ਵਿਦਿਆਰਥੀ ਬਾਚਵਾਕ ਲੋਣੀ ਦੇ ਰਹਿਣ ਵਾਲੇ ਹਨ ਇਸ ਵਿਦਿਆਰਥੀ ਦੇ ਦਸਤਾਨ ਦੇ ਮੁਤਾਬਿਕ ਇਹਨਾਂ ਵਿਦਿਆਰਥੀ ਨੇ ਉਸ ਦੇ ਸਾਥੀ ਨikhil ਤੇ ਕੈਂਚੀ ਦੇ ਵਾਰ ਕੀਤੇ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਉੱਥੇ ਹੀ ਦੂਜੇ ਸਾਥੀ ਤੇ ਵੀ ਕੈਂਚੀ ਨਾਲ ਵਾਰ ਕੀਤੇ ਕਿ ਜਿਸ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ 'ਚ ਭੱਤੀ ਕਰਵਾਇਆ ਗਿਆ ਨikhil ਦੀ ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਚ ਪਹੁੰਚਾ ਦਿੱਤਾ ਗਿਆ ਹੈ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਏਗਾ ਖਬਰ ਨੂੰ ਲਾਸਤ ਦੇਖਣ ਲਈ ਤੁਹਾਡਾ ਬਹੁਤ ਬਹੁਤ